ਸਾਂਝਾ ਰੁਤਬੇ ਦਾ ਮੁਤਾਸ ਨਹੀਂ ਹੁੰਦਾ। ਹੁਨਰਮੰਦ ਵਿਅਕਤੀ ਕਿਤੇ ਵੀ ਕਿਸੇ ਵੀ ਵਰਗ ਵਿੱਚ ਹੋ ਸਕਦਾ ਹੈ। ਸੰਗਰੂਰ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਮਿੱਟੀ ਦੇ ਖਿਡੌਣੇ ਬਣਾਉਣ ਵਾਲੀ ਇੱਕ ਕਾਰੀਗਰ ਦਾ ਹੁਨਰ ਵੀ ਲੁਕਿਆ ਨਹੀਂ ਰਹਿ ਸਕਿਆ। ਪ੍ਰਸ਼ਾਸਨਿਕ ਅਧਿਕਾਰੀ ਤੱਕ ਇਸ ਕਲਾ ਦੀ ਕਦਰ ਕਰਦਿਆਂ ਸ਼ਲਾਘਾ ਕਰਨ ਇਸ ਪਿੰਡ ਪਹੁੰਚ ਚੁੱਕੇ। ਸੰਗਰੂਰ ਦੇ ਪਿੰਡ ਪਾਠੂਆ ਦੀ ਗੁਰਦੇਵ ਕੌਰ ਦੇ ਹੱਥਾਂ ਦੇ ਬਣੇ ਮਿੱਟੀ ਦੇ ਖਿਡੌਣੇ ਆਪ ਬੋਲਦੇ ਨੇ ਕਿ ਉਹਨਾਂ ਵਿੱਚ ਖਾਸੀਅਤ ਕੀ ਹੈ, ਭਾਵ ਕਲਾ ਆਪਣਾ ਮੁੱਲ ਆਪ ਦੱਸ ਦਈਏ। ਗੁਰਦੇਵ ਕੌਰ ਦੀ ਇਸ ਕਲਾ ਦੇ ਚਰਚੇ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹੁੰਚੇ ਤਾਂ ਉਹ ਵੀ ਇਹਨਾਂ ਖਿਡੌਣਿਆਂ ਨੂੰ ਵੇਖ ਇਹਨਾਂ ਦੀ ਤਾਰੀਫ ਕੀਤੇ ਬਿਨਾਂ ਨਹੀਂ ਰਹਿ ਸਕੇ। ਰੈੱਡ ਕ੍ਰਾਸ ਰਾਹੀਂ ਜਿਹੜੇ ਸੈਂਟਰ ਚੱਲ ਰਹੇ ਨੇ ਟ੍ਰੇਨਿੰਗ ਦੇ, ਉਹਨਾਂ ਦੇ ਵਿੱਚ ਅਗਰ ਇਹਨਾਂ ਨੂੰ ਐਜ਼ ਅ ਮਾਸਟਰ ਟ੍ਰੇਨਰ ਆਪਾਂ ਇਹਨਾਂ ਨੂੰ ਰੱਖੀਏ ਤਾਂ ਕਿ ਇਸ ਆਰਟ ਨੂੰ ਅਸੀਂ ਹੋਰ ਬੜਾਵਾ ਦੇ ਸਕੀਏ। ਕੁਮਾਰਾਂ ਦੇ ਬੱਚੇ ਨੂੰ ਜਾਂ ਕੋਈ ਵੀ ਜਿਹੜੇ ਬੱਚੇ ਨੇ ਉਹਨਾਂ ਨੂੰ ਸਭ ਨੂੰ ਥੋੜ੍ਹੀ ਜਿਹੀ ਆਪਣੀ ਸਿਖਾਣ, ਆਪਣੀ ਕਲਾ, ਔਰ ਅਗਰ ਇਹ ਬਣਾ ਬਣਾ ਕੇ ਵੇਚਣਾ ਚਾਹੁੰਦੇ ਨੇ ਉਹਨਾਂ ਵਿੱਚ ਵੀ ਇਹਨਾਂ ਦੀ ਮਦਦ ਕੀਤੀ ਜਾ ਸਕਦੀ ਹੈ। ਗੁਰਦੇਵ ਕੌਰ ਵੀ ਇੰਨੀ ਸ਼ਲਾਘਾ ਪਾ ਕੇ ਕਾਫੀ ਖੁਸ਼ ਵਿਖਾਈ ਦਿੱਤੀ। ਉਸਨੇ ਆਪਣੇ ਇਸ ਕੰਮ ਵਿੱਚ ਸਰਕਾਰ ਵੱਲੋਂ ਮਦਦ ਦੀ ਅਪੀਲ ਕੀਤੀ। ਉਹ ਇਹਨਾਂ ਦੀ ਇੱਛਾ ਜੀ। ਇਸ ਮੌਕੇ ਗੁਰਦੇਵ ਕੌਰ ਦੀਆਂ ਕਲਾਕ੍ਰਿਤਾਂ ਦੀ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ, ਨਾਲ ਹੀ ਉਸਨੂੰ ਨਗਦ ਇਨਾਮ ਅਤੇ ਸ਼ਾਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸੰਗਰੂਰ ਤੋਂ ਆਰਨ ਕਾਂਸਲ ਦੇ ਨਾਲ ਬਿਊਰੋ ਰਿਪੋਰਟ, ਜ਼ੀ ਖਬਰਾਂ।